ਸਸਤੀ ਗੱਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਦੇ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਜਿਸ ਦੇ ਵਿੱਚ ਦੋ ਵਿਭਾਗਾਂ ਦੇ ਵਿੱਚ ਇਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਔਰ ਇਸ ਦੇ ਵੀ ਤਨਖਾਹ ਵੀ ਤੁਹਾਡੀ ਬਹੁਤ ਵਧੀਆ ਰਹਿਣ ਵਾਲੀ ਹੈ ਇਹ ਨਵੇਂ ਸਾਲ ਦਾ ਤੋਹਫਾ ਹੈ ਸਰਕਾਰ ਵੱਲੋਂ ਜਿਸ ਦੇ ਵਿੱਚ ਅਲੱਗ-ਅਲੱਗ ਵੈਕੈਂਸੀਸ ਨੇ ਔਰ ਅਲੱਗ-ਅਲੱਗ ਕੁਆਲੀਫਿਕੇਸ਼ਨ ਵਾਲੇ ਕੈਂਡੀਡੇਟ ਜਿਹੜੇ ਨੇ ਅਪਲਾਈ ਕਰ ਸਕਦੇ ਨੇ ਕਿੱਦਾਂ ਅਪਲਾਈ ਕਰਨਾ ਹੈ ਉਹ ਤੁਹਾਨੂੰ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਦਵਾਂਗਾ ਸੋ ਦੋ ਅਲੱਗ-ਅਲੱਗ ਨੋਟੀਫਿਕੇਸ਼ਨ ਨੇ ਜੀ ਦੋ ਅਲੱਗ-ਅਲੱਗ ਵਿਭਾਗਾਂ ਦੁਆਰਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਮੈਂ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿ ਸੋ ਇਹਦੇ ਲਈ ਤੁਸੀਂ ਆਰਾਮ ਨਾਲ ਅਪਲਾਈ ਕਰ ਪਾਉਗੇ ਕਿੱਦਾਂ ਅਪਲਾਈ ਕਰਨਾ ਹੈ ਉਹ ਵੀ ਮੈਂ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੇਣਾ ਤਾਂਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀ ਵੈਕੈਂਸੀਜ਼ ਨੇ ਜਿਹੜੇ ਕੀ ਆਊਟ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਉੱਥੋਂ ਕਰ ਸਕਦੇ ਹਾਂ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਜੀ ਉਹ ਲੈ ਕੇ ਆਂਦਾ ਹੀ ਰਵਾਂਗਾ ਤੇ ਬਾਕੀ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ अवेलेबल ਹੈ ਜੀ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਫਰਸਟ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜਿਹੜਾ ਕਿ ਪੀਪੀਐਸਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪੋਸਟਾਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਔਰ ਇਸ ਦੇ ਵਿੱਚ 올 ਇੰਡੀਆ ਤੋਂ ਕੈਂਡੀਡੇਟ ਐਲੀਜੀਬਲ ਨੇ ਮਤਲਬ ਪੰਜਾਬ ਦੇ ਕੈਂਡੀਡੇਟ ਵੀ ਅਪਲਾਈ ਕਰ ਪਾਣਗੇ ਔਰ ਅਪਲਾਈ ਕਰਨ ਦਾ ਮੂਡ ਦੀ ਅਗਰ ਅਸੀਂ ਗੱਲ ਕਰੀਏ ਇੱਥੇ ਤੇ ਉਹ ਆਨਲਾਈਨ ਐਪਲੀਕੇਸ਼ਨ ਫਾਰਮ ਜਿਹੜੇ ਨੇ ਉਹ ਅਪਲਾਈ ਕਰ ਪਾਣਗੇ ਇਹਦੇ ਲਈ ਗਰੁੱਪ A ਦੀ ਵੈਕੈਂਸੀ ਹੈ ਜੀ ਜਿਨ੍ਹਾਂ ਨੂੰ ਇਹਨਾਂ ਨੇ ਜਿਹੜਾ ਉਹ ਬਾਇਫਰਕੇਟ ਕੀਤਾ ਹੋਇਆ ਜਿਸ ਦੇ ਵਿੱਚ ਜਨਰਲ ਕੈਂਡੀਡੇਟ 78 ਪੋਸਟਾਂ ਨੇ ਜਨਰਲ ਇਕਨੋਪਿਕਰ ਵਿਕਲ ਸੈਕਸ਼ਨ ਪੰਜਾਬ ਦੇ ਲਈ 20 ਪੋਸਟਾਂ ਨੇ ਐਕ ਸਰਵਿਸਮੈਨ ਐਲ ਡੀ ਐਸ ਐਮ ਪੰਜਾਬ ਦੇ ਲਈ 14 ਫਰੀडम फाइਟਰ ਪੰਜਾਬ ਦੇ ਲਈ 2 स्पोर्ट्स परसन देसनल वि डिसेबिलिटी दे दो डेफ एंड हा हार्ट टू हेयर कैंडीडेट दोमोटिव डिसेबिली दिल दो पोस्टा ने इंटैक्चुअली डिसेबिलिटी वाले कैंडेट दो पोस्टा ने जी शड्यूल कास्ट अदर पंजाब दे दिल भी पोस्ट आउट की गई ने उस तो बाद गल करें एस सी ई एस एम एल डी एस एम पाबी चार पोस्टा ने जी ਉਸ ਤੋਂ ਬਾਅਦ ਐਸਟੀ ਸਪੋਰਟਸ ਪਰਸਨ ਦੇ ਲਈ 1 ਬਾਲਮੀਕੀ ਮਜਬੂਸੀ ਪੰਜਾਬ ਦੇ ਲਈ 20 ਅਤੇ ਬਾਲਮੀਕੀ ਮਜਬੂਸੀ ਐਸਐਮ ਐਲਡੀਐਸਮ ਦੇ ਲਈ 4 ਬਾਲਮੀਕੀ ਮਜਬੂਸੀ ਸਪੋਰਟਸ ਪਰਸਨ ਦੇ ਲਈ 1 ਬੈਕਵਰਡ ਕਲਾਸ ਪੰਜਾਬ ਦੇ ਲਈ 20 ਬੈਕਵਰਡ ਕਲਾਸ ਐਕ ਸਰਵਿਸਮੈਨ ਐਲਡੀਐਸਮ ਦੇ ਲਈ 4 ਟੋਟਲ ਨੰਬਰ ਆਫ ਪੋਸਟਸ ਜੇ ਅਗਰ ਮੈਂ ਗੱਲ ਕਰਾਂ 2 ਪੋਸਟਾਂ 200 ਪੋਸਟ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਚੋਂ 67 ਪੋਸਟਾਂ ਜਿਹੜੀਆਂ ਨੇ ਉਹਨਾਂ ਲਈ ਪੰਜਾਬ ਦੀ ਜਿਹੜੀ ਔਮਨ ਕੈਂਡੀਡੇਟਸ ਨੇ ਉਹਨਾਂ ਲਈ ਜਿਹੜੀ ਰਿਜ਼ਰਵ ਨੇ ਉਹ ਰੱਖੀਆਂ ਗਈਆਂ ਨੇ ਇਸਦੇ ਵੀ ਤੁਹਾਡੀ ਸੈਲਰੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ 44900 ਜਿਹੜੀ ਸੈਲਰੀ ਹੈ ਉਹ ਤੁਹਾਡੀ ਇਨੀਸ਼ੀਅਲ ਪੇ ਰਹੇਗੀ ਜੋ ਕਿ ਤੁਹਾਡੀ ਸਟਾਰਟਿੰਗ ਸੈਲਰੀ ਹੈ ਗਰੁੱਪ A ਦੀ ਵੀ ਸਿੰਘ ਵੈਕੈਂਸੀ ਹੈ ਤਾਂ ਇੰਨੀ ਤੁਸੀਂ ਸੈਲਰੀ ਐਕਸਪੈਕਟ ਕਰ ਸਕਦੇ ਹੋ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਜਿੰਨਾ ਕੈਂਡੀਡੇਟ ਨੇ ਬੀਐਸਸੀ ਐਗਰੀਕਲਚਰ ਵਿਦ ਉਹਨਾਂ ਨੂੰ ਦਿੱਤੀ ਜਾਏਗੀ ਜਿਨ੍ਹਾਂ ਨੇ ਡਿਗਰੀ ਐਮ ਐਸ ਸੀ ਐਗਰੀਕਲਚਰ ਦੇ ਵਿੱਚ ਜਿਹੜੀ ਹੈ ਜੀ ਉਹ ਕੀਤੀ ਹੋਈ ਹੈ ਜੀ ਸੋ ਇਸ ਦੇ ਵਿੱਚ ਅਪਲਾਈ ਬੀ ਐਸ ਸੀ ਵਾਲੇ ਵੀ ਕਰ ਸਕਦੇ ਨੇ ਲੇਕਿਨ ਪ੍ਰੇਫਰੈਂਸ ਜਿਹੜੀ ਹੈ ਉਹ ਐਮ ਐਸ ਸੀ ਐਗਰੀਕਲਚਰ ਵਾਲਿਆਂ ਨੂੰ ਇਹਦੇ ਵਿੱਚ ਮਿਲੇਗੀ ਸੋ ਇਸ ਦੇ ਵਿੱਚ ਤੁਹਾਡੀ ਏਜ ਜਿਹੜੀ ਹੈ ਜੀ ਉਹਦੀ ਗੱਲ ਕਰਾਂ ਤਾਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਅਪਰ ਏਜ ਲਿਮਿਟ 45 ਸਾਲ ਤੱਕ ਪੰਜਾਬ ਦੇ ਕੈਂਡੀਡੇਟ ਐਮਪਲੋਈ ਨੇ ਉਹਨਾਂ ਦੀ ਰਹੇਗੀ ਤੇ ਜਿਹੜੇ ਕੈਂਡੀਡੇਟ ਬੈਕਵਰਡ ਸ਼ੈਡਿਊਲ ਕਾਸਟ ਕੈਂਡੀਡੇਟ ਨੇ ਕਾਸ ਦੇ ਨੇ ਉਹਨਾਂ ਲਈ 42 ਸਾਲ ਐਕਸਰ ਜਿਸਨ ਪੰਜਾਬ ਦੀ ਡੋਮਿਸਾਈਲ ਨੂੰ 3 ਸਾਲ ਦੀ ਰੈਲੈਕਸੇਸ਼ਨ ਦਿੱਤੀ ਜਾਏਗੀ ਉਹਨਾਂ ਦੀ ਸਰਵਿਸ ਘਟਣ ਤੋਂ ਬਾਅਦ ਅਪਰ ਏਜ ਲਿਮਿਟ ਜਿਹੜੀ ਹੈ ਜੀ 42 ਸਾਲ ਤੱਕ ਦੀ ਤੁਹਾਡੀ ਵਿਡੋ ਕੈਂਡੀਡੇਟ ਦੀ ਡਿਵੋਸੀ ਕੈਂਡੀਡੇਟ ਦੀ ਰਹੇਗੀ ਠੀਕ ਹੈ ਜੀ ਤੇ ਸਰਟਨ ਅਦਰ ਕੈਟੇਗਰੀ ਜਿਹੜੀਆਂ ਊਮਨ ਦੀਆਂ ਨੇ ਉਹਨਾਂ ਲਈ ਰਹੇਗੀ ਉਸ ਤੋਂ ਬਾਅਦ ਨੈਕਸਟ ਪਰਸਨਲ ਡਿਸੇਬਿਲਟੀ ਵਾਲੇ ਕੈਂਡੀਡੇਟ ਲਈ 47 ਇਅਰ ਤੱਕ ਦੇ ਕੈਂਡੀਡੇਟ ਨਹੀਂ ਐਲੀਜੀਬਲ ਨੇ ਅਰਿਚ ਤੁਹਾਡਾ ਸਭ ਤੋਂ ਪਹਿਲਾਂ ਤਾਂ ਰਿਟਨ ਐਗਜ਼ਾਮ ਹੋਏਗਾ ਜੀ ਉਸੇ ਦੇ ਬੇਸਿਸ ਤੇ ਸਿਲੈਕਸ਼ਨ ਹੋਣੀ ਹੈ ਜਿਸ ਦੇ ਵਿੱਚ ਤੁਹਾਡਾ ਰਿਟਨ ਐਗਜ਼ਾਮ 120 ਮਾਰਕਸ ਦਾ ਰਹੇਗਾ 60 ਮਾਰਕਸ ਤੁਹਾਡੇ ਇੰਟਰਵਿਊ ਦੇ ਹੋਣਗੇ ਟੋਟਲ ਜਿਹੜੇ ਨੇ 540 ਮਾਰਕਸ ਦਾ ਜਿਹੜਾ ਤੁਹਾਡਾ ਇਹ ਟੈਨ ਵਾਲਾ ਜਿਸ ਦੇ ਬੇਸਿਸ ਤੁਹਾਡੀ ਸਿਲੇਕਸ਼ਨ ਜਿਹੜੀ ਇਸ ਦੇ ਵਿੱਚ ਹੋਣੀ ਹੈ ਸੋ 60 ਇਹ ਤੁਹਾਡਾ ਜਿਹੜਾ ਸਿਲੇਬਸ ਹੈ ਤੁਹਾਡੇ ਸਬਜੈਕਟ ਦੇ ਰਿਲੇਟਡ ਰਹਿਣਗੇ ਜਿੱਚ 100 ਕੁਐਸਚਨ ਹੋਣਗੇ ਫਿਰ ਉਸ ਤੋਂ ਬਾਅਦ ਜਨਰਲ ਨੋਲਿਜ ਕਰੰਟ ਅਫੇਅਰ ਲੌਜੀਕਲ ਰੀਜ਼ਨਿੰਗ ਮੈਂਟਲ ਐਬਿਲਿਟੀ ਤੇ ਕੁਆਂਟੀਟੀਟਿਵ ਐਬਿਟਿਊਡ ਜਿਸ ਦੇ ਵਿੱਚ ਤੁਹਾਡੇ ਜਿਹੜੇ ਟੋਟਲ 20 ਕੁਐਸਚਨ ਰਹਿਣਗੇ 80 ਮਾਰਕਸ ਦੇ ਔਰ ਟੋਟਲ 480 ਮਾਰਕਸ ਦਾ ਇਹ ਤੁਹਾਡਾ ਜਿਹੜਾ ਹੈ ਜੀ ਉਹ ਬਣ ਜਾਂਦਾ ਹੈ 120 ਕੁ ਇੰਗਲਿਸ਼ ਲੈਂਗੁਏਜ ਹੋਏਗਾ 4 ਮਾਰਕਸ ਦਾ ਇੱਕ ਕੁਐਸਚਨ ਹੋਏਗਾ ਤੁਹਾਡਾ ਨੈਗੇਟਿਵ ਮਾਰਕਿੰਗ 1/4th ਵਿੱਚ ਤੁਹਾਡੀ ਡਿਡਕਟ ਕੀਤੀ ਜਾਵੇਗੀ ਉਹ ਕੀਤੀ ਜਾਵੇਗੀ ਸੋ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰਨਾ ਹੈ 2 ਘੰਟੇ ਦਾ ਟਾਈਮ ਤੁਹਾਨੂੰ ਵਿੱਚ ਦਿੱਤਾ ਜਾਏਗਾ ਇਹਦੇ ਲਈ ਆਨਲਾਈਨ ਅਪਲੀਕੇਸ਼ਨਸ ਇਨਵਾਈਟ ਕੀਤੀਆਂ ਗਈਆਂ ਨੇ ਕੋਈ ਵੀ ਅਦਰ ਮੋਡ ਨਹੀਂ ਹੈ ਜੀ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰਨਾ ਹੈ ਤੇ ਨੈਕਸਟ ਅਗਰੇ ਅਸੀਂ ਗੱਲ ਕਰੀਏ ਇਸ ਵਿੱਚ ਅਪਲੀਕੇਸ਼ਨ ਫੀ ਦੀ ਤੇ ਲਾਸਟ ਡੇਟ ਹੈਗੀ ਹੈ 29 12 2022 ਤੱਕ ਤੁਸੀਂ ਇਹਦੇ ਲਈ ਜਿਹੜਾ ਅਪਲਾਈ ਉਹ ਕਰ ਸਕਦੇ ਹੋ ਜੀ ਅਪਲੀਕੇਸ਼ਨ ਫੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਐਕਸ ਸਰਵਿਸ ਮੈਨ ਇਕਨੋਮਿਕਲੀ ਵੀਕਲ ਸੈਕਸ਼ਨ ਜਿਹੜੇ ਕਿ ਈਡ ਕਲਾਸ ਸ਼ਡਿਊਲ ਡ్రਾਈਵ ਬੈਕਵਰਡ ਕਲਾਸ ਦੇ ਪੰਜਾਬ ਸਟੇਟ ਦੇ ਲਈ ਕੈਂਡੀਡੇਟ ਨੇ 6750 ਰੁਪਏ ਅਦਰ ਜਿੱਦਾਂ ਜਨਰਲ ਕੈਟਾਗਰੀਜ਼ ਹੋ ਗਈਆਂ ਫ੍ਰੀडम फाइਟਰ ਹੋਗੇ ਉਹਨਾਂ ਲਈ 1500 ਰੁਪਏ ਜਿਹੜੇ ਜੀ ਉਹਨਾਂ ਨੂੰ ਪੇ ਕਰਨਾ ਹੋਏਗਾ ਜੀ ਸੋ ਇਹ ਪੂਰਾ ਨੋਟੀਫਿਕੇਸ਼ਨ ਅਪਲਾਈ ਆਨਲਾਈਨ ਲਈ ਵੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੋਈ ਹੁਣ ਗੱਲ ਕਰ ਲੈਂਦੇ ਹਾਂ ਸੈਕੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ ਇਹ ਨੋਟੀਫਿਕੇਸ਼ਨ ਜਿਹੜਾ ਅਦੀਨ ਸੇਵਾਵਾਂ ਚੋਨ ਬੋਰਡ ਪੰਜਾਬ 1/1 ਸੈਕਟਰ 68 ਐਸਐਸ ਨਗਰਬੋਲੋ ਜਾਰੀ ਕੀਤਾ ਗਿਆ ਹੈ ਜੀ ਇਸ ਦੇ ਵਿੱਚ 17 ਅਪਲਿਕ 2022 ਦਾ ਇਹ ਨੋਟੀਫਿਕੇਸ਼ਨ ਜਿਹੜਾ ਉਹ ਹੈਗਾ ਹੈ ਜੀ ਨੈਕਸਟ ਅਗਰ ਗੱਲ ਕਰੀਏ ਇਹਦੇ ਲਈ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਿਆ ਹੈ 12 12 ਨੂੰ ਤੋਂ ਆਲਰੇਡੀ ਅਪਲਾਈ ਕਰਨਾ ਸਟਾਰਟ ਹੋ ਚੁੱਕਿਆ ਹੈ ਜੀ ਔਰ 15 1 2023 ਤੱਕ ਤੁਸੀਂ ਇਹਦੇ ਲਈ ਜਿਹੜਾ ਅਪਲਾਈ ਕਰ ਸਕਦੇ ਹੋ 12 1 ਤੱਕ ਆਨਲਾਈਨ ਅਪਲੀਕੇਸ਼ਨ ਤੇ ਫੀਸ ਭਰਨ ਦੀ ਲਾਸਟ ਜਿਹੜਾ 15 1 2023 ਜਿਹੜਾ ਹੈ ਜੀ ਇਸ ਦੇ ਵਿੱਚ ਰਹਿਣ ਵਾਲਾ ਹੈ ਸ਼ਾਮ 5 ਵਜੇ ਹੋਗੇ ਜੀ ਇਸ ਦੇ ਵਿੱਚ ਨੈਕਸਟ ਗੱਲ ਕਰਾਂ ਵੈਟਨਰੀ ਸਪੈਕਟ੍ਰਲ ਗਰੁੱਪ ਸੀ ਦੀਆਂ 60 ਅਸਾਮੀਆਂ ਦੇ ਲਈ ਜਿਹੜਾ ਹੈ ਜੀ ਰੈਗੂਲਰ ਪੋਸਟਾਂ ਦੇ ਲਈ ਇਨਵਾਈਟ ਕੀਤੀਆਂ ਗਈਆਂ ਨੇ ਅਪਲੀਕੇਸ਼ਨਸ ਇਹਦੇ ਵਿੱਚ ਸੋ ਉਸ ਦੇ ਲਈ ਇਹਨਾਂ ਨੇ ਇਹਨੂੰ ਕੈਟਾਗਰੀ ਵਾਈਜ਼ ਜਿਹੜੇ ਜੀ ਉਹ ਬਾਈਫ੍ਰੀਕੇਟ ਕੀਤਾ ਹੀ ਹੋਇਆ ਤੁਸੀਂ ਦੇਖ ਸਕਦੇ ਹੋ ਜਨਰਲ ਦੇ ਲਈ ਟੋਟਲ ਜਿਹੜੀਆਂ ਨੇ 22 ਪੋਸਟਾਂ ਨੇ ਜੀ ਇਕਨੋਮਿਕਲੀ ਵੀਕਰ ਸੈਕਸ਼ਨ ਲਈ 6 ਨੇ ਐਸਸੀ ਦੇ ਲਈ ਜਿਹੜੇ ਮਜਵੀ ਸਿੱਖ ਔਰ ਬਾਲਮਿਕੀ ਕੈਂਡੀਡੇਟ ਨਹੀਂ ਉਹਨਾਂ ਲਈ 6 ਤੇ ਉਸ ਤੋਂ ਬਾਅਦ ਆਰਮਦਾਸੀ ਐਂਡ ਅਦਰ ਦੇ ਲਈ 5 ਬੈਕਵਰਡ ਕਲਾਸ ਕੈਂਡੀਡੇਟਸ ਲਈ ਜਿਹੜੀਆਂ ਨੇ 8 ਐਕਸ ਸਰਵਿਸ ਮੈਨ ਜਨਰਲ ਦੇ ਲਈ 4 ਉਸ ਤੋਂ ਬਾਅਦ ਨੈਕਸਟ ਗੱਲ ਕਰਦਾ ਐਕਸ ਸਰਵਿਸ ਮੈਨ ਐਸਸੀ ਰਾਮਦਾਸੀ ਐਂਡ ਅਦਰ ਕੈਂਡੀਡੇਟਸ ਦੇ ਲਈ 3 ਪੋਸਟਾਂ ਨੇ ਜੀ ਉਸ ਤੋਂ ਬਾਅਦ ਐਕਸ ਸਰਵਿਸ ਮੈਨ ਬੈਕਵਰਡ ਕਲਾਸ ਦੇ ਲਈ 1 ਹੈ ਸਪੋਰਟਸ ਪਰਸਨਸ ਮਜਬੀ ਐਂਡ ਬਾਲਮਿਕੀ ਕੈਂਡੀਡੇਟਸ ਦੇ ਲਈ 1 ਹੈ ਜੀ ਬਲਾਈਂਡਲੈਸ ਐਂਡ ਲੋ ਵਿਜ਼ਨ ਡਿਸੇਬਿਲਿਟੀ ਦੇ ਲਈ 3 ਫਰੀडम फाइਟਰ ਦੇ ਲਈ 1 ਤੇ ਟੋਟਲ ਨੰਬਰ ਆਫ ਪੋਸਟ ਜਿਹੜੀਆਂ ਨੇ ਉਹ 60 ਨੇ ਤੇ ਇਸ ਦੇ ਵਿੱਚ 18 ਪੋਸਟਾਂ ਜਿਹੜੀਆਂ ਨੇ ਰਿਜ਼ਰਵ ਰੱਖੀਆਂ ਗਈਆਂ ਨੇ ਜੋ ਕਿ ਊਮਨ ਕੈਂਡੀਡੇਟ ਦੇ ਲਈ ਰੱਖੀਆਂ ਗਈਆਂ ਨੇ ਪੇ ਸਕੇਲ ਦੀ ਮੈਂ ਗੱਲ ਕਰਾਂ ਇਸ ਦੇ ਵਿੱਚ ਤਾਂ ਤੁਹਾਡੇ ਜਿਹੜੇ ਜੀ ਐਸ ਪਰ 7 CPC ਮੈਟ੍ਰਿਕਸ ਅਕੋਰਡਿੰਗਲੀ 29200 ਤੁਹਾਡੀ ਸੈਲਰੀ ਜਿਹੜੀ ਇਸ ਦੇ ਵਿੱਚ ਰਹਿਣ ਵਾਲੀ ਹੈ ਸੋ ਸਮੇਂ-ਸਮੇਂ ਤੇ ਜਦੋਂ ਵੀ ਇਹ ਪੱਤੇ ਜਿਹੜੇ ਵਧਣਗੇ ਉਹਦੇ ਅਕੋਰਡਿੰਗਲੀ ਤੁਹਾਡਾ ਇਨਕਰੀਮੈਂਟ ਹੋਏਗਾ ਜਿੰਨਾ ਕੈਂਡੀਡੇਟ ਨੇ ਪਲੱਸ 2 ਪਾਸ ਕੀਤੀ ਹੋਈ ਹੈ ਫਿਜ਼ਿਕ, ਕੈਮਿਸਟਰੀ, ਬਾਇਓਲੋਜੀ, ਮੈਥ ਸਬਜੈਕਟ ਦੇ ਨਾਲ ਤੇ ਪਲੱਸ ਐਸਏ ਦੇ ਨਾਲ ਉਹਨਾਂ ਕੋਲ ਡਿਪਲੋਮਾ ਹੈਗਾ ਜੋ ਕਿ ਵੈਟਨਰੀ ਸਾਇੰਸ ਐਨੀਮ ਐਂਡ ਐਨੀਮਲ ਹੈਲ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਬਾਕੀ ਸਾਰੀ ਡਿਟੇਲਸ ਇਹਨਾਂ ਨੇ ਨੀਚੇ ਮੈਂਸ਼ਨ ਕੀਤੀਆਂ ਹੋਈਆਂ ਨੇ ਜਿੱਦਾਂ ਕਿ ਉਮਰ ਹੱਦ ਹੋਗੀ ਜੋ ਕਿ 18 ਤੋਂ 37 ਦੇ ਬਾਕੀ ਰਿਜ਼ਰਵ ਕੈਟਾਗਰੀ ਨੂੰ ਏਜ ਰੈਲੈਕਸੇਸ਼ਨ ਦਿੱਤੀ ਜਾਵੇਗੀ ਔਰ ਇਹਦੇ ਲਈ ਤੁਹਾਡੀ ਜਨਰਲ ਅਤੇ ਸੁਤੰਤਰਤਾ ਸਗ੍ਰਾਮੀ ਤੇ ਖਿਡਾਰੀ ਕੈਂਡੀਡੇਟ ਲਈ 1000 ਰੁਪਏ ਫੀਸ ਹੈ ਐਸਸੀ ਬੀਸੀ ਐਂਡ ਈਡਬਲਯੂਐਸ ਕੈਂਡੀਡੇਟ ਲਈ 250 ਹੈ ਜੀ ਸਾਬਕਾ ਫੌਜੀ ਇੱਕ ਸਰਵਿਸਮੈਨ ਡਿਪੈਂਡੈਂਟ ਲਈ 200 ਹੈ ਜੀ ਅੰਗਹੀਨ ਹੈਂਡੀਕੈਪ ਕੈਂਡੀਡੇਟ ਦੇ ਲਈ 500 ਹੈ ਜੀ ਇਸ ਦੇ ਵਿੱਚ ਆਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ ਸੋ ਇਸ ਦੇ ਵਿੱਚ ਤੁਹਾਡੀ ਸਿਲੈ ਫੀਸ ਜਿਹੜੀ ਹੈ ਜੀ ਜੇਕਰ ਨਹੀਂ ਤੁਸੀਂ ਭਰਦੇ ਹੋ ਤਾਂ ਤੁਹਾਡੀ ਐਪਲੀਕੇਸ਼ਨ ਜਿਹੜੀ ਉਹ ਰਿਜੈਕਟ ਕਰ ਦਿੱਤੀ ਜਾਵੇਗੀ 12/1/2023 ਸ਼ਾਮ 5 ਵਜੇ ਤੱਕ ਤੁਸੀਂ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਨੇ ਉਹ ਭਰ ਸਕਦੇ ਹੋ ਸਿਰਫ ਔਰ ਸਿਰਫ ਇਹਨਾਂ ਦੀ ਲਿੰਕ ਦੇ ਥਰੂ ਹੀ ਤੁਸੀਂ ਅਪਲਾਈ ਕਰਨਾ ਕੋਈ ਵੀ ਇਦਰ ਮੋਡ ਜਿਹੜਾ ਅਪਲਾਈ ਕਰਨ ਦਾ ਨਹੀਂ ਹੈ ਜੀ ਦੋਨਾਂ ਦੇ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਆਲਰੇਡੀ ਪ੍ਰੋਵਾਈਡ ਕਰਵਾ ਚੁੱਕੇ ਹਾਂ ਜੀ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ